ਜਿਹੜਾ ਬੰਦਾ ਸੁਭਾਨ ਅੱਲਾ ਬਾਬੇ ਹਮਦਹੀ ਪੜ੍ਹਦਾ ਨਾ, ਉਹਦਾ ਰਿਜ਼ਕ ਜ਼ਮੀਨ ਦੀ ਸੱਤਵੀਂ ਤਹਿ 'ਚ ਵੀ ਪਿਆ ਹੋਵੇ, ਅੱਲਾ ਉੱਥੋਂ ਵੀ ਚੁੱਕ ਕੇ ਅਤਾ ਕਰ ਦਿੰਦੇ। ਸੁਭਾਨ ਅੱਲਾ ਬਾਬੇ ਹਮਦਹੀ, ਇਹਦਾ ਮਾਣਾ ਕੀ ਹੈ? ਮਾਣਾ ਵੀ ਸੁਣ ਲਓ। ਅੱਲਾ ਤੁਸੀਂ ਪਾਕ ਹੋ ਅਤੇ ਅੱਲਾ ਤੁਸੀਂ ਆਪਣੀਆਂ ਤਰੀਫਾਂ ਨਾਲ ਪਾਕ ਹੋ। ਮੈਂ ਹੀ ਗੁਨਾਹਗਾਰ ਹਾਂ, ਮੇਰੇ ਪੱਲੇ ਹੀ ਕੁਛ ਨਹੀਂ, ਮੇਰੇ ਬਾਰੇ ਤੁਹਾਡਾ ਫੈਸਲਾ ਪਾ ਕੇ ਮੈਨੂੰ ਜਿਸ ਹਾਲ 'ਚ ਰੱਖਿਆ ਅੱਲਾ ਮੈਂ ਰਾਜ਼ੀ ਹਾਂ ਤੁਹਾਡੇ 'ਤੇ, ਮੇਰਾ ਕੋਈ ਗਿਲਾ ਨਹੀਂ। ਸੁਭਾਨ ਅੱਲਾ ਬਾਬੇ ਹਮਦਹੀ, ਸੁਭਾਨ ਅੱਲਾ ਬਾਬੇ ਹਮਦਹੀ। ਦੂਸਰਾ ਅਮਲ ਸੁਣ ਲਓ, ਜਿਹੜਾ ਨੌਜਵਾਨ ਇਹ ਚਾਹੁੰਦਾ ਨਾ ਮੇਰੇ ਰਿਜ਼ਕ 'ਚ ਬਰਕਤ ਹੋ ਜਾਏ, ਕਾਰੋਬਾਰੀ ਮਾਂ ਜੇ ਉਹਦਾ ਵਾਲਦ ਜ਼ਿੰਦਾ ਹੈ ਨਾ, ਇਹ ਗੱਲ ਬੜੀ ਸੁਣਨ ਵਾਲੀ ਜੇ, ਅਤੇ ਆਪਣੇ ਵਾਲਦ ਦੇ ਕੋਲੋਂ ਆਪਣਾ ਨਾਂ ਮੂੰਹ 'ਚੋਂ ਕਢਵਾ ਕੇ ਆਪਣੇ ਅੱਬੂ ਕੋਲੋਂ ਦੁਆ ਕਰਵਾਇਆ ਕਰੇ, ਮੈਂ ਬਾਵਜੂ ਬੈਠਾ ਅੱਲਾ ਦੀ ਇੱਜ਼ਤ ਦੀ ਕਸਮ ਚੁੱਕ ਕੇ ਕਹਿੰਦਾ ਜੇ, ਇਹ ਕੁਰਾਨ ਮੇਰੇ ਹੱਥ ਅੰਦਰ ਜੇ, ਜਿਹੜਾ ਬੰਦਾ ਆਪਣੇ ਬਾਪ ਕੋਲੋਂ ਦੁਆ ਕਰਵਾਉਂਦਾ ਜੇ ਨਾ, ਅੱਲਾ ਪਾਕ ਉਸ ਨੌਜਵਾਨ ਪੁੱਤਰ ਦੀ ਕਦੀ ਕੰਡ ਨਹੀਂ ਜੇ ਲੱਗਣ। ਮੈਂ ਮੁਸਲਮ ਦੇ ਅਮਚ ਵੀ ਪੜ੍ਹੇ ਨੇ, ਤਿਰਮਜ਼ੀ 'ਚ ਵੀ ਪੜ੍ਹੇ ਨੇ, ਮਿਸ਼ਕਾ 'ਚ ਵੀ ਪੜ੍ਹੇ ਨੇ। ਨਬੀ ਪਾਕ ਨੇ ਫਰਮਾਇਆ ਵਾ ਦਾਵਤੁਲ ਵਾਲੇ ਦੇ ਵਾਲਾ ਦੇ ਹੀ, ਬਾਪ ਆਪਣੇ ਪੁੱਤ ਵਾਸਤੇ ਦੁਆ ਕਰੇ ਤੇ ਅੱਲਾ ਕਬੂਲੀਅਤ ਦੇ ਸਾਰੇ ਦਰਵਾਜ਼ੇ ਹੀ ਖੋਲਦੇ। ਹੁਣ ਕਈ ਬੰਦੇ ਕਹਿਣਗੇ ਮੇਰਾ ਤੇ ਬਾਪ ਫੌਤ ਹੋ ਗਿਆ, ਜ਼ਿੰਦਾ ਹੀ ਤੇ ਦੁਆ ਕਰਾ ਲੈ, ਤੇ ਜੇ ਬਾਪ ਫੌਤ ਹੋ ਗਿਆ ਹੀ ਨਾ ਤੇ ਆਪਣੇ ਫੌਤ ਹੋਣ ਵਾਲੇ ਬਾਪ ਵਾਸਤੇ ਰੋ ਰੋ ਕੇ ਦੁਆਵਾਂ ਕਰਿਆ ਕਰ। ਮਰੇ ਬਾਪ ਵਾਸਤੇ ਜਿਹੜਾ ਬੰਦਾ ਦੁਆ ਨਾ ਛੱਡੇ, ਅੱਲਾ ਪਾਕ ਉਸ ਬੰਦੇ ਵਾਸਤੇ ਰਹਿਮਤਾਂ ਬਰਕਤਾਂ ਦੇ ਸਾਰੇ ਦਰਵਾਜ਼ੇ ਖੋਲਦੇ। ਦੋ ਕੰਮ ਕਰੋ ਜੇ ਬਰਕਤ ਜਾਂਦੇ ਜੇ, ਇੱਕ ਸੁਭਾਨ ਅੱਲਾ ਬਾਬੇ ਹਮਦਹੀ, ਦੂਸਰਾ ਬਜ਼ੁਰਗਾਂ ਨੂੰ ਚਾਹੀਦਾ ਆਪਣੇ ਪੁੱਤਰਾਂ ਦਾ ਨਾਂ ਲੈ ਕੇ ਦੁਆ ਕਰੋ। ਪਿਓ ਨੂੰ ਗਾਲਾਂ ਕੱਢ ਕੇ ਤੇ ਬਾਬਿਆਂ ਕੋਲ ਦੁਆਵਾਂ ਕਰਾਉਣਾ ਫਿਰਨਾ ਹੈ? ਪਿਓ ਉਹਨਾਂ ਤੋਂ ਮੱਥੇ ਵੱਟ ਪਾਇਆ, 2 ਮਹੀਨੇ ਹੋ ਗਏ ਨੇ, ਸਿੱਧੇ ਮੂੰਹ ਗੱਲ ਨਹੀਂ ਕਰਦਾ, ਤੇ 10 ਮਲੰਗਣੀ ਦਾ ਹੱਥ ਫੇਰ ਕੇ ਤੈਨੂੰ ਕੀ ਲੱਭੇਗਾ? ਉਹ ਲੋਗੋ, ਬਰਕਤਾਂ ਦੇ ਤੁਹਾਡੇ ਘਰ ਜੇ, ਰਹਿਮਤਾਂ ਦੇ ਤੁਹਾਡੇ ਘਰ ਜੇ, ਅੱਲਾ ਦੇ ਹਜ਼ੂਰ ਦੁਆ ਕਰੋ, ਅੱਲਾ ਸਭ ਬਿਮਾਰਾਂ ਨੂੰ ਸ਼ਿਫਾ ਅਤਾ ਫਰਮਾਵੇ।